ਹਾਂਜੀ ਅੱਜ ਮੈਂ ਤੁਹਾਨੂੰ ਦੱਸੂਗੀ ਪੇਟੀਕੋਟ ਦੀ ਕਟਿੰਗ। ਪੇਟੀਕੋਟ ਦੇ ਲਈ ਜੋ ਨੀਚੇ ਆ ਵਾਲੀ ਫਰਿੱਲ ਲੱਗੀ ਹੋਈ ਆ, ਸਭ ਤੋਂ ਪਹਿਲਾਂ ਆਪਾਂ ਇਹ ਫਰਿੱਲ ਲਈ ਕੱਪੜਾ ਕਟਿੰਗ ਕਰ ਲੈਣਾ ਹੈ। ਜੋ ਕੰਨੀ ਵਾਲੀ ਸਾਈਡ ਆ, ਇਹਦੇ ਦੋਨੇ ਪਾਸੇ ਕੰਨੀ ਵਾਲੀ ਸਾਈਡ ਹੈ ਤੇ 2-2 ਇੰਚ ਦੀ ਨਿਸ਼ਾਨ ਲੱਗ, ਸਭ ਤੋਂ ਪਹਿਲਾਂ ਆਪਾਂ ਇਹਨੂੰ ਕਟਿੰਗ। ਇਹ ਆਪਣੇ ਕੋਲ ਪੱਟੀਆਂ ਤਿਆਰ ਹੋ ਗਈਆਂ ਨੇ ਜਿਹਦੀ ਆਪਾਂ ਨੀਚੇ ਫਰਿੱਲ ਲਗਾਵਾਂਗੇ। ਇਸ ਤੋਂ ਬਾਅਦ ਆਪਾਂ ਦੇਖਦੇ ਆ ਜੋ ਆਪਣੇ ਪੇਟੀਕੋਟ ਦੀ ਲੰਬਾਈ ਆ, ਪੇਟੀਕੋਟ ਦੀ ਲੰਬਾਈ ਆਪਾਂ ਨੂੰ 30 ਇੰਚ ਤਿਆਰ ਚਾਹੀਦੀ ਆ। ਤਾਂ 30 ਦੇ ਵਿੱਚੋਂ ਆਪਾਂ 2 ਇੰਚ ਦੀ ਤਾਂ ਨੀਚੇ ਫਰਿੱਲ ਲਾਵਾਂਗੇ ਤੇ 2 ਇੰਚ ਦਾ ਉੱਪਰ ਨੇਫਾ ਪਾਵਾਂਗੇ ਅਲੱਗ ਤੋਂ। ਇਸ ਲਈ 30 ਦੇ ਵਿੱਚੋਂ ਆਪਾਂ 4 ਇੰਚ ਮਾਈਨਸ ਕਰ ਦੇਣਾ ਹੈ। ਆ ਦੇਖੋ 4 ਇੰਚ ਆਪਾਂ 2 ਇੰਚ ਫਰਿੱਲ ਲਈ ਤੇ 2 ਇੰਚ ਨੇਫੇ ਲਈ ਮਾਈਨਸ ਕਰਕੇ 30 ਇੰਚ ਆ, ਤੇ ਇਹਦੇ ਵਿੱਚ 1 ਇੰਚ ਪਲੱਸ ਕਰਾਂਗੇ ਆਪਾਂ 39 ਇੰਚ। ਆਪਾਂ ਹੁਣ ਇਹ ਟੋਟਲ ਇਹਦੀ ਲੰਬਾਈ ਦੇਖ ਲੈਂਦੇ ਹਾਂ ਕਿੰਨੀ ਆ। ਆਪਾਂ 35 ਇੰਚ ਲਈ 35 ਇੰਚ ਦੀ ਕਟਿੰਗ ਕਰਾਂਗੇ। 35 ਇੰਚ ਤੇ 35 ਇੰਚ ਦੀ ਹੁਣ ਆਪਾਂ ਸਾਰੇ ਨਿਸ਼ਾਨ ਲਗਾ ਲੈਂਦੇ ਹਾਂ। ਇਸ ਦੀ ਵੇਸਟ 19 ਇੰਚ ਤਿਆਰ ਆ ਪੇਟੀਕੋਟ ਦੀ। ਜੋ ਆਪਾਂ ਉੱਪਰ ਤੋਂ ਵੇਸਟ ਲੈਣੀ ਆ ਤਾਂ ਆਪਾਂ ਸੈਂਟਰ ਕਰ ਲਿਆ, ਜੋ ਇਹਦਾ 5 ਇੰਚ ਆਪਾਂ ਇੱਧਰ ਨੂੰ ਲੈ ਲੈਣੀ ਆ ਤੇ 5 ਇੰਚ ਇੱਧਰ ਨੂੰ ਲੈ ਲੈਣੀ ਆ। ਉੱਪਰੋਂ ਆਪਾਂ ਵੇਸਟ ਲਵਾਂਗੇ 10 ਇੰਚ ਤੇ ਨੀਚੇ ਤੋਂ ਆਪਾਂ ਇਸਦਾ ਫਲੇਅਰ ਲੈਣਾ। ਫਲੇਅਰ ਆਪਾਂ ਲਵਾਂਗੇ ਸੈਂਟਰ ਚੋਂ 10-10 ਇੰਚ, ਦੋਨੇ ਪਾਸੇ ਨੂੰ 20 ਇੰਚ ਲਵਾਂਗੇ ਆਪਾਂ ਫਲੇਅਰ ਨੀਚੇ ਤੋਂ। ਹਾਂਜੀ ਇਹਨਾਂ ਦੋਨਾਂ ਨਿਸ਼ਾਨ ਨੂੰ ਆਪਾਂ ਆਪਸ ਚ ਮਿਲਾ ਦਾਂਗੇ। ਹਾਂਜੀ ਦੂਸਰਾ ਨਿਸ਼ਾਨ ਲਗਾਵਾਂਗੇ ਆਪਾਂ 10 ਇੰਚ ਤੇ ਨੀਚੇ ਤੋਂ 5 ਇੰਚ ਤੇ। ਸੇਮ ਇੱਧਰਲੇ ਪਾਸੇ ਨਿਸ਼ਾਨ ਲਗਾਵਾਂਗੇ ਆਪਾਂ 10 ਇੰਚ ਤੇ ਨੀਚੇ ਤੋਂ 5 ਇੰਚ ਤੇ। ਤੇ ਨਿਸ਼ਾਨਾਂ ਨੂੰ ਆਪਸ ਚ ਹਾਂਜੀ ਆਪਣਾ 6 ਪੈਨਲ ਪੇਟੀਕੋਟ ਆ। ਇਹਦੇ ਵਿੱਚ ਜੋ ਆਪਣੀ ਸੈਂਟਰ ਵਾਲੀ ਆਹ ਵਾਲਾ ਪੈਨਲ ਆ ਇਹ 10 ਇੰਚ ਦਾ ਹੈ ਤੇ ਆਹ ਵਾਲੀਆਂ ਛੋਟੀਆਂ ਨੇ। ਜੋ ਇਹ ਸੈਂਟਰ ਚ ਰਹੂਗਾ ਤੇ ਜੋ ਇਹ ਛੋਟੀਆਂ ਪੈਨਲ ਨੇ ਆਲੇ ਦੁਆਲੇ ਇਹ ਇਸਦੇ ਸਾਈਡ ਦੇ ਉੱਤੇ ਹੀ ਅਟੈਚ ਹੋਣਗੇ ਇਸ ਤਰ੍ਹਾਂ।